ਤੇ ਅਸੀਂ ਉਸ ਦਾ ਪੁਰਜ਼ੋਰ ਵਿਰੋਧ ਕਰਾਂਗੇ। ਕਿਸਾਨਾਂ ਤੋਂ ਡਰ ਕੇ ਭਜਾਣਾ ਰਵੀ ਕਾਲੋ ਮੁਰਦਾਬਾਦ, ਔਰ ਮਾਰੇ ਚਮਕੇ ਮੁਰਦਾਬਾਦ। ਤੇ ਅਕਾਲੀ ਦਲ ਵਿੱਚੋਂ ਕੱਢੇ ਗਏ ਰਵੀ ਕਰਨ ਸਿੰਘ ਕਾਲੋ ਨੂੰ ਪਿੰਡ ਵਿੱਚ ਨਾ ਵੜਨ ਦੇਣ ਲਈ ਅਨਾਉਂਸਮੈਂਟ ਕੀਤੀ ਗਈ ਹੈ। ਜੀ ਹਾਂ, ਬੀਤੇ ਦਿਨੀ ਅਕਾਲੀ ਦਲ ਵੱਲੋਂ ਰਵੀ ਕਰਨ ਸਿੰਘ ਕਾਲੋ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੇ ਕੁਝ ਹੀ ਘੰਟਿਆਂ ਬਾਅਦ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਸੀ, ਜਿਸ ਤੋਂ ਬਾਅਦ ਹੁਣ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ SKM ਵੱਲੋਂ ਪਿੰਡਾਂ ਵਿੱਚ ਅਨਾਉਂਸਮੈਂਟ ਕਰਕੇ ਰਵੀ ਕਰਨ ਸਿੰਘ ਕਾਲੋ ਨੂੰ ਪਿੰਡ ਵਿੱਚ ਨਾ ਵੜਨ ਦੇਣ ਦਾ ਐਲਾਨ ਕੀਤਾ ਗਿਆ। ਦਰਅਸਲ ਰਵੀ ਕਰਨ ਸਿੰਘ ਕਾਲੋ ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਸੀ, ਜਿੱਥੇ ਕਿ ਵੱਖ ਵੱਖ ਪਿੰਡਾਂ 'ਚ ਉਹਨਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪਿੰਡ ਖਜ਼ਾਨੇਕੋਟ 'ਚ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕੀਤੀ ਗਈ ਅਤੇ ਕਿਹਾ ਗਿਆ ਕਿ ਰਵੀ ਕਰਨ ਸਿੰਘ ਕਾਲੋ ਨੂੰ ਕਿਸੇ ਵੀ ਪਿੰਡ ਵਿੱਚ ਨਾ ਵੜਨ ਦਿੱਤਾ ਜਾਵੇ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਉਹ ਖੁਦ ਹੋਵੇਗਾ। ਤੇ ਅਸੀਂ ਆਪ ਸਭ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਭਾਈਚਾਰਕ ਸਾਂਝ ਪਿੰਡ ਦੇ ਵਿੱਚ ਕਾਇਮ ਰੱਖੀਏ। ਜੇ ਕਿਸੇ ਦੀ ਕੋਈ ਨੇੜਤਾ ਹੈਗੀ ਆ, ਨਿੱਜਤਾ ਹੈਗੀ ਆ, ਸਾਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਆ। ਪਰ ਜੇ ਉਹ ਰਵੀ ਕਰਨ ਕਾਲੋ ਸਾਡੇ ਨਗਰ ਦੇ ਵਿੱਚ ਆਉਂਦਾ ਆ ਤੇ ਅਸੀਂ ਉਸਦਾ ਪੁਰਜ਼ੋਰ ਵਿਰੋਧ ਕਰਾਂਗੇ ਤੇ ਉਸਨੂੰ ਨਗਰ ਦੇ ਵਿੱਚ ਨਹੀਂ ਵੜਨ ਦੇਵਾਂਗੇ। ਇਹ ਦੋਵਾਂ ਫੋਰਮਾਂ ਦਾ ਫੈਸਲਾ ਆ, ਸੰਯੁਕਤ ਮੋਰਚੇ ਦਾ ਫੈਸਲਾ ਆ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜੋ ਤੁਹਾਡੇ ਨਗਰ ਦੇ ਵਿੱਚ ਇਕਾਈ ਚੱਲ ਰਹੀ ਹੈ ਜਾਂ ਬਲਾਕ ਜਾਂ ਜ਼ਿਲ੍ਹੇ 'ਚ, ਉਹ ਸਾਰਿਆਂ ਦਾ ਫੈਸਲਾ ਆ ਕਿ ਕਿਸੇ ਵੀ ਪਿੰਡ ਦੇ ਵਿੱਚ BJP ਨੂੰ ਵੜਨ ਨਹੀਂ ਦੇਵਾਂਗੇ। ਅੱਜ ਵੀ ਸਾਡੇ ਨਗਰ ਦੇ ਵਿੱਚ BJP ਦੀ ਪ੍ਰਚਾਰ ਵਾਲੀ ਗੱਡੀ ਆਈ ਸੀ, ਅਸੀਂ ਉਸ ਗੱਡੀ ਨੂੰ ਵੀ ਖਾਲੀ ਮੋੜਿਆ ਆ। ਉਸ ਗੱਡੀ ਤੋਂ ਵੀ ਸਾਰੇ ਉਹਦੇ ਝੰਡੇ ਪਾੜ ਕੇ, ਉਸਦੇ ਬੈਨਰ ਪਾੜ ਕੇ ਅਤੇ ਜਿਹੜੀ ਗੱਡੀ ਭਰ ਕੇ ਉਹ ਸਮੱਗਰੀ ਲੈ ਕੇ ਆਏ ਸੀ ਝੰਡਿਆਂ ਦੀ ਜਾਂ ਕਿਤਾਬਾਂ ਦੀ ਜਾਂ ਬੈਚਾਂ ਦੀ ਜਾਂ ਲੀਫਲੈਟਾਂ ਦੀ, ਉਹ ਸਾਰੇ ਉਸ ਗੱਡੀ ਦੇ ਵਿੱਚੋਂ ਕੱਢ ਕੇ ਅਤੇ ਅੱਗ ਲਾ ਕੇ ਸਾੜ ਦਿੱਤੇ ਗਏ ਸੀ। ਅਤੇ ਅਸੀਂ ਆਪ ਸਭ ਨੂੰ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦੇ ਹਾਂ ਜੋ ਉਸ ਦੇ ਨਾਲ ਨੇੜਤਾ ਰੱਖ ਰਹੇ ਆ, ਕਿਉਂਕਿ ਇਹਨਾਂ ਲੋਕਾਂ ਦਾ ਕੋਈ ਦੀਨ ਧਰਮ ਨਹੀਂ ਗਾ। ਇਹ ਸੌਂਦੇ ਰਾਤ ਨੂੰ ਕਿਸੇ ਪਾਰਟੀ ਆ ਅਤੇ ਸਵੇਰੇ ਉੱਠਦੇ ਆ ਜਦੋਂ ਕਿਸੇ ਪਾਰਟੀ ਚੋਂ ਜਾਂਦੇ ਆ। ਇਹਨਾਂ ਲੋਕਾਂ ਤੋਂ ਬਚੋ ਅਤੇ ਆਪਣੇ ਨਗਰਾਂ ਦੇ ਵਿੱਚ ਭਾਈਚਾਰਕ ਸਾਂਝ ਕਾਇਮ ਰੱਖੋ ਤਾਂ ਜੋ ਅਸੀਂ ਲੰਮਾ ਸਮਾਂ ਆਪਣੇ ਨਗਰਾਂ ਦੇ ਵਿੱਚ ਜਿਵੇਂ ਸੁੱਖ ਸ਼ਾਂਤ ਪਹਿਲਾਂ ਵੱਸ ਰਹੇ ਹਾਂ ਉਸੇ ਤਰ੍ਹਾਂ ਵਸੀਏ ਰਸੀਏ। ਹੋਰ ਮੈਂ ਹਰਜੰਦ ਸਿੰਘ ਪਾਉਂ ਤੇ ਰਵੀ ਕਰਨ ਸਿੰਘ ਕਾਲੋ ਵੱਲੋਂ ਪਿੰਡ ਖਜ਼ਾਨੇਕੋਟ 'ਚ ਇੱਕ ਚੋਣ ਮੀਟਿੰਗ ਰੱਖੀ ਗਈ ਸੀ, ਪਰ ਕਿਸਾਨਾਂ ਦੇ ਦਬਾਅ ਕਾਰਨ ਆਖਰੀ ਵਕਤ 'ਤੇ ਇਸ ਮੀਟਿੰਗ ਨੂੰ ਰੱਦ ਕਰਨਾ ਪਿਆ। ਇਸ ਦੌਰਾਨ ਰਵੀ ਕਰਨ ਸਿੰਘ ਕਾਲੋ ਪਿੰਡ ਮਾਨਖਹਿਰਾ ਵਿੱਚ ਵੀ ਪੁੱਜੇ, ਜਿੱਥੇ ਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਅਤੇ ਵਰਕਰਾਂ ਵੱਲੋਂ ਉਹਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ, ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਕਾਰਨ ਕਿਸਾਨਾਂ ਵੱਲੋਂ ਉਹਨਾਂ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ, ਜਿੱਥੇ ਕਿ ਲੋਕਾਂ ਨੂੰ ਭਾਜਪਾ ਦੇ ਬਾਈਕਾਟ ਦਾ ਸੱਦਾ ਦਿੰਦਿਆਂ ਰਵੀ ਕਰਨ ਸਿੰਘ ਕਾਲੋ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਭਾਜਪਾ ਨੂੰ ਕਿਸੇ ਵੀ ਹਾਲਤ 'ਚ ਪਿੰਡਾਂ ਜਾਂ ਸ਼ਹਿਰਾਂ ਵਿੱਚ ਨਹੀਂ ਵੜਨ ਦੇਣਗੇ ਅਤੇ ਉਹਨਾਂ ਦਾ ਚੋਣਾਂ ਤੱਕ ਇਸੇ ਤਰ੍ਹਾਂ ਬਾਈਕਾਟ ਅਤੇ ਵਿਰੋਧ ਜਾਰੀ ਰਹੇਗਾ। ਕਿਸਾਨਾਂ ਤੋਂ ਡਰ ਕੇ ਭਜਾਣਾ ਰਵੀ ਕਾਲੋ ਮੁਰਦਾਬਾਦ।
ਅੱਜ ਸਾਡਾ ਜਿਹੜਾ 13 ਫਰਵਰੀ ਤੋਂ ਲਗਾਤਾਰ ਜਿਹੜਾ ਮੋਰਚਾ ਚੱਲ ਰਿਹਾ ਵਾ, ਮੋਰਚੇ ਵੱਲੋਂ ਪ੍ਰੋਗਰਾਮ ਆ ਕਿ ਇਲੈਕਸ਼ਨ ਦੇ 2-3 ਦਿਨ ਬਾਕੀ ਰਹਿ ਗਏ ਇਹਨਾਂ ਦਾ ਚੋਣ ਪ੍ਰਚਾਰ ਕਰਨ ਦੇ, ਅਤੇ ਇਲੈਕਸ਼ਨ ਵੱਲੋਂ ਆਪਣੇ ਮੋਰਚੇ ਵੱਲੋਂ ਪ੍ਰੋਗਰਾਮ ਆ ਕਿ ਅਸੀਂ ਭਾਜਪਾ ਦਾ ਪੂਰੇ ਹਿੰਦੁਸਤਾਨ 'ਚ ਪੰਜਾਬ 'ਚ ਡਟ ਕੇ ਵਿਰੋਧ ਕਰਦੇ ਹਾਂ ਅਤੇ ਬਾਈਕਾਟ ਕਰਦੇ ਹਾਂ, ਪਿੰਡਾਂ ਦੇ ਵਿੱਚ ਇਹਨਾਂ ਨੂੰ ਵੜ ਨਹੀਂ ਦਿੱਤਾ ਜਾਵੇਗਾ। ਇਸੇ ਤਹਿਤ ਹੀ ਅੱਜ ਸਾਡੇ ਇਲਾਕੇ ਦੇ ਰਵੀਕਰਨ ਸਿੰਘ ਕਾਲੋਂ ਜਿਹੜੇ ਉਹ ਭਾਜਪਾ 'ਚ ਨਵੇਂ ਗਏ ਨੇ ਅਤੇ ਉਹਨਾਂ ਨੇ ਅੱਜ ਦੋਵੇਂ ਥਾਈਂ ਪ੍ਰੋਗਰਾਮ ਰੱਖੇ ਸੀ, ਪਿੰਡ ਖਜ਼ਾਨਾ ਕੋਟ ਅਤੇ ਪਿੰਡ ਖੈਰੇ। ਖਜ਼ਾਨੇ ਕੋਟ ਤੋਂ ਆਪਣਾ ਪ੍ਰੋਗਰਾਮ ਜਿਹੜਾ ਉਹ ਵਾਪਸ ਲੈ ਲਿਆ ਅਤੇ ਪਿੰਡ ਖੈਰਿਆਂ ਦੇ ਵਿੱਚ ਪ੍ਰੋਗਰਾਮ ਕੀਤਾ ਵਾ ਅਤੇ ਅਸੀਂ ਡਟ ਕੇ ਵਿਰੋਧ ਕੀਤਾ ਵਾ ਅਤੇ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਰਵੀਕਰਨ ਕਾਲੋਂ ਜਿਹੜਾ ਭੱਜ ਗਿਆ ਵਾ। ਇਸ ਕਰਕੇ ਅਸੀਂ ਆਪਣੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਕੱਲ੍ਹ ਨੂੰ ਜਿਹੜਾ ਉੱਤੋਂ ਕਾਲ ਆਈ ਆ 28 ਤਰੀਕ ਨੂੰ ਪੂਰੇ ਭਾਜਪਾ ਦੇ ਜਿਹੜੇ ਕੈਂਡੀਡੇਟ ਵਿਧਾਇਕ ਜਾਂ ਏਰੀਆ ਇੰਚਾਰਜ ਨੇ ਉਹਨਾਂ ਦੇ ਘਰ ਘੇਰਨੇ ਆ। ਅਸੀਂ ਕੱਲ੍ਹ ਨੂੰ ਆਪਣੇ ਦਾਦੂ ਜੋਧ ਰਵੀਕਰਨ ਸਿੰਘ ਦਾ ਕਾਲੋਂ ਦਾ ਘਰ ਘੇਰਾਂਗੇ। ਇਸ ਦੌਰਾਨ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 28 ਮਈ ਨੂੰ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਭਾਜਪਾ ਆਗੂਆਂ ਦੇ ਘਰਾਂ ਅੱਗੇ 4 ਘੰਟੇ ਲਈ ਧਰਨਾ ਦਿੱਤਾ ਜਾਵੇਗਾ, ਜਿਸ ਵਿੱਚ ਕਿ ਰਵੀਕਰਨ ਸਿੰਘ ਕਾਲੋ ਦੇ ਘਰ ਅੱਗੇ ਵੀ ਉਹ ਧਰਨਾ ਦੇਣਗੇ। ਦੱਸ ਦਈਏ ਕਿ ਬੀਤੇ ਲੰਮੇ ਸਮੇਂ ਤੋਂ ਭਾਜਪਾ ਆਗੂਆਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੇਕਰ ਕੋਈ ਵੀ ਭਾਜਪਾ ਆਗੂ ਪਿੰਡਾਂ ਜਾਂ ਸ਼ਹਿਰਾਂ ਵਿੱਚ ਆਉਂਦਾ ਹੈ ਤਾਂ ਉਹ ਉਸਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਨਗੇ। ਹਾਲਾਂਕਿ ਇਸ ਦੌਰਾਨ ਕਈ ਥਾਵੇਂ ਕਿਸਾਨਾਂ ਅਤੇ ਭਾਜਪਾ ਵਿਚਾਲੇ ਅਤੇ ਪੁਲਿਸ ਵਿਚਾਲੇ ਝੜਪਾਂ ਵੀ ਦੇਖਣ ਨੂੰ ਮਿਲੀਆਂ, ਪਰ ਇਸ ਦੌਰਾਨ ਹੁਣ ਰਵੀਕਰਨ ਸਿੰਘ ਕਾਲੋ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ ਦਾ ਐਲਾਨ ਕੀਤਾ ਗਿਆ। ਗੁਰਦਾਸਪੁਰ ਤੋਂ ਰੋਹਿਤ ਗੁਪਤਾ, ਸੈਂਟਰਲ ਪੰਜਾਬ TV।